ਹਾਏ ਮੇਰੀ ਮੀਨੂ ਨਾਲ ਮੇਰੀ ਵਿੱਕੀ ਨਾਲ ਗੱਲ ਕਰਾ ਦਵੋ, ਮੈਂ ਜਦੋਂ ਕਹਿਣਾ ਮੀਨੂ ਨਾਲ ਗੱਲ ਕਰਾ ਦੋ ਮੇਰੀ। ਘਰ ਦੇ ਪਿੱਛੇ ਹੀ ਦੋ ਭਰਾ ਆਪਸ ਦੇ ਵਿੱਚ ਦੁਸ਼ਮਣ ਬਣੇ ਨੇ। ਦੱਸ ਦਈਏ ਕਿ ਵੱਡੇ ਭਰਾ ਦੇ ਵੱਲੋਂ ਛੋਟੇ ਭਰਾ ਦਾ ਆਪਣੇ ਬੇਟੇ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਵੱਡਾ ਭਰਾ ਮਤਰੇਆ ਭਰਾ ਸੀ, ਜਿਸ ਦੇ ਵੱਲੋਂ ਪਹਿਲਾਂ ਤਾਂ ਮਕਾਨ ਦੇ ਵਿੱਚੋਂ ਹਿੱਸਾ ਲੈ ਲਿਆ ਅਤੇ ਫਿਰ ਜੋ ਬਾਕੀ ਹਿੱਸਾ ਬਚਿਆ ਸੀ ਜਿਸ ਦੇ ਵਿੱਚ ਛੋਟੇ ਭੈਣ ਭਰਾ ਰਹਿ ਰਹੀ ਸੀ, ਉਸਦੇ ਉੱਪਰ ਵੀ ਆਪਣਾ ਹੱਕ ਜਤਾਉਂਦਾ ਸੀ ਅਤੇ ਹੁਣ ਗੁੱਸੇ ਦੇ ਵਿੱਚ ਆ ਕੇ ਉਸਨੇ ਆਪਣੇ ਛੋਟੇ ਭਰਾ ਦਾ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਛੱਤ ਦੇ ਉੱਪਰ ਮ੍ਰਿਤਕ ਦੀ ਲਾਸ਼ ਪਈ ਸੀ ਅਤੇ ਫਿਰ ਇਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਹੁਸ਼ਿਆਰਪੁਰ ਤੋਂ ਇਹ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਘਰ ਦੇ ਪਿੱਛੇ ਹੀ ਦੋ ਭਰਾ ਆਪਸ ਦੇ ਵਿੱਚ ਜਾਨੀ ਦੁਸ਼ਮਣ ਬਣੇ ਨੇ। ਮ੍ਰਿਤਕ ਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ। ਉੱਥੇ ਹੀ ਪੂਰੇ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਭੈਣਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜੋ ਇਹ ਮਤਰੇਆ ਭਰਾ ਸੀ ਅਕਸਰ ਹੀ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ। ਉਹਨਾਂ ਦੇ ਉੱਪਰ ਵੀ ਇੱਕ ਵਾਰ ਪੁਲਿਸ ਨੂੰ ਝੂਠੀ ਸ਼ਿਕਾਇਤ ਦਿੱਤੀ ਕਿ ਉਸਦੀਆਂ ਤਿੰਨੋਂ ਹੀ ਭੈਣਾਂ ਨਸ਼ੇ ਵੇਚਦੀਆਂ ਨੇ ਅਤੇ ਹੁਣ ਉਸਨੇ ਉਹਨਾਂ ਦੇ ਹੀ ਭਰਾ ਨੂੰ ਉਸ ਤੋਂ ਖੋਹ ਲਿਆ। ਇੱਥੇ ਛੋਟਾ ਭਰਾ ਰਹਿੰਦਾ ਸੀ। ਕਿਹੜਾ ਪਿੰਡ ਹੈ ਜੀ ਇਹ? ਆਦਮਾਗ। ਉਹ ਇੱਥੇ ਕੱਲਾ ਰਹਿੰਦਾ ਸੀ ਜੀ? ਹਾਂਜੀ, ਮੰਮੀ ਡੈਡੀ ਪੂਰੇ ਹੋ ਗਏ ਸੀ। ਅੱਛਾ ਜੀ, ਪਰਿਵਾਰ 'ਚ ਹੋਰ ਕੋਈ ਨਹੀਂ ਸੀ ਇੱਥੇ ਰਹਿੰਦਾ? ਨਹੀਂ ਜੀ, ਕੋਈ ਨਹੀਂ ਸੀ। ਇਹ ਘਰ ਜਿਹੜਾ ਹੈਗਾ ਕਿਹਨਾਂ ਦਾ ਹੈਗਾ ਜੀ? ਇਹ ਸਾਡੇ ਮੇਰੇ ਦਾ ਭਰਾ ਦਾ ਸੀਗਾ, ਛੋਟਾ ਹੁਣੇ ਆਪਣਾ ਹਿੱਸਾ ਬੜੇ ਨੇ ਵੇਚ ਲਿਆ ਸੀਗਾ। ਇਹ ਛੋਟਾ ਸੀਗਾ ਜੀ? ਇਹ ਛੋਟਾ ਸੀ, ਹਾਂਜੀ। ਮੰਮੀ ਡੈਡੀ ਪੂਰੇ ਹੋ ਗਏ, ਇੱਥੇ ਹੀ ਰਹਿੰਦਾ ਸੀ, ਇਹ ਸਬਜ਼ੀ ਦੀ ਦੁਕਾਨ 'ਤੇ ਲੱਗਾ ਸੀਗਾ। ਜਿਹਨਾਂ ਦੀ ਡੈਥ ਹੋਈ ਇਹਨਾਂ ਦਾ ਨਾਂ ਕੀ ਆ? ਵਰਿੰਦਰ। ਵਰਿੰਦਰ ਉਮਰ ਕਿੰਨੀ ਕੀ ਸੀ ਜੀ? ਹੁਣੀ ਆ 35-36 ਸਾਲ। ਕਿੰਨੀ ਉਮਰ ਸੀ ਜੀ? ਇੰਨੀ ਕਈ ਹੋਣੀ ਆ। ਅੱਛਾ, ਇਹ ਕੀ ਕੰਮ ਕਰਦੇ ਸੀ? ਇਹ ਸਬਜ਼ੀ ਦੁਕਾਨ ਤੇ ਲੱਗਾ ਸੀ। ਪਹਿਲਾਂ ਗੱਡੀ ਚਲਾਉਂਦਾ ਸੀ। ਅੱਛਾ, ਪਹਿਲਾਂ ਗੱਡੀ ਚਲਾ, ਹੁਣ ਸਬਜ਼ੀ ਵੇਚਦੇ ਸੀ? ਹਾਂਜੀ, ਸਬਜ਼ੀ ਦੁਕਾਨ ਤੇ ਲੱਗਾ ਸੀਗਾ। ਕਿੱਥੇ ਜੀ? ਇੱਥੇ ਹੀ ਮੁੰਡੇ ਦੇ ਕੋਲ, ਆਪਣੇ ਆਦਮਾਲ। ਅੱਛਾ ਜੀ, ਇਹ ਕਦੋਂ ਪਤਾ ਲੱਗਾ ਤੁਹਾਨੂੰ ਇਸ ਖਬਰ ਬਾਰੇ? ਮੈਨੂੰ ਸਵੇਰੇ ਪਤਾ ਲੱਗਾ ਜੀ। ਕੀ ਹਾਲਾਤ ਦੇਖੇ, ਕੀ ਲੱਗਦਾ ਹੈ ਤੁਹਾਨੂੰ? ਨਹੀਂ, ਮੈਨੂੰ ਪਹਿਲਾਂ ਵੀ ਇਹਨੇ 2 ਦਿਨ ਪਹਿਲਾਂ ਵੀ ਕਾਲ ਕੀਤੀ ਸੀ, ਕਹਿੰਦਾ ਉਹ ਸਾਡੇ ਥੈਂ ਦਾ ਸੀਗਾ ਮਸਲਾ ਚੱਲਦਾ, ਕਹਿੰਦਾ ਮੇਰਾ ਆ, ਇਸ ਕਰਕੇ ਸਾਡੇ ਬੜੇ ਬ੍ਰਦਰ ਨੇ ਸਾਡੇ 'ਤੇ ਰਿਪੋਰਟ ਵੀ ਦਿੱਤੀ ਸੀ। ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਥੈਂ ਮੁੰਡੇ ਦਾ ਆ, ਮੁੰਡਾ ਕਿੱਥੇ ਜਾਊਂਗਾ, ਹੈ ਨਾ। ਅਸੀਂ ਉਹਨੂੰ ਕਿਹਾ ਸੀ ਕਿ ਮੁੰਡੇ ਨੂੰ ਸਾਂਭ ਲਾ, ਤੂੰ ਲੈ ਲਾ ਸਾਰਾ ਕੁਛ, ਅਸੀਂ ਤੈਨੂੰ ਕੁਛ ਨਹੀਂ ਕਹਿੰਦੀਆਂ। ਇਹ ਥੋੜ੍ਹੇ ਕੁ ਦਿਨ ਮੇਰੇ ਕੋਲ ਚਲ ਗਿਆ, ਮੇਰੀ ਕੁੜੀ ਬਾਹਰ ਗਈ ਸੀਗੀ, ਅਤੇ ਮੈਂ ਕਿਹਾ ਚੱਲ ਤੂੰ ਕੋਈ ਨਹੀਂ ਮੇਰੇ ਕੋਲ ਰਹਿ ਲਾ, ਹੈ ਨਾ। ਆਪਾਂ ਖੁਦ ਜਿੰਦੇ ਜੁੰਦੇ ਆ ਸਾਰੀ ਕਰਕੇ ਗਏ ਅਸੀਂ, ਅਤੇ ਉਹ ਇਹਨਾਂ ਨੇ ਆ ਕੇ ਪਿੱਛੋਂ ਜਿੰਦੇ ਲਾ ਦਿੱਤੇ, ਠੀਕ ਆ। ਬੜੇ ਭਰਾ ਨੇ ਕਹਿੰਦਾ ਕਬਜ਼ਾ, ਕਹਿੰਦਾ ਮੇਰਾ ਆ, ਅਤੇ ਅਸੀਂ ਫਿਰ ਸਾਨੂੰ ਦੱਸਿਆ ਗਿਆ ਅਤੇ ਕਹਿੰਦੇ ਇੱਥੇ ਜਿੰਦੇ ਲਾ ਦਿੱਤੇ। ਔਰ ਇੱਥੇ ਇਹਦਾ ਮੁੰਡਾ ਆਉਂਦਾ ਹੁੰਦਾ ਸੀਗਾ ਅਤੇ ਕਹਿੰਦਾ ਕਿ ਇੱਥੇ ਚਿੱਟਾ ਆ ਕੇ ਚਿੱਟਾ ਪੀਂਦੇ ਆ, ਅਤੇ ਮਤਲਬ ਕਿ ਅਸੀਂ ਕਿਹਾ ਕੌਣ ਪੀਂਦਾ ਵੀ, ਮੁੰਡਾ ਤਾਂ ਸਾਡੇ ਕੋਲ ਆ, ਹੈ ਨਾ। ਅਤੇ ਕਹਿੰਦਾ ਇੱਥੇ ਆਉਂਦਾ, ਉਹਦਾ ਮੁੰਡਾ ਆਉਂਦਾ ਹੁੰਦਾ ਸੀ ਇੱਥੇ ਰਾਤ ਬਰਾਤੇ, ਖੁਦ ਉਹਦੇ ਪੇ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਉਹਦਾ ਮੁੰਡਾ ਕੀ ਕਰਦਾ ਔਰ ਕੀ ਨਹੀਂ ਕਰਦਾ। ਉਹਦੀ ਮਾਂ ਦੀ ਬਹੁਤ ਸਪੋਰਟ ਆ ਉਸ ਮੁੰਡੇ ਵਿੱਚ, ਠੀਕ ਆ। ਅਤੇ ਫਿਰ ਥੋੜ੍ਹੇ ਦਿਨ ਪਹਿਲਾਂ ਜਿੰਦੇ ਲਾ ਕੇ ਚੱਲ ਗਏ, ਉਹ ਰਿਪੋਰਟ ਦਿੱਤੀ ਉੱਤੇ, ਅਸੀਂ ਥਾਣੇ ਗਈਆਂ, ਥਾਣੇ ਜਾ ਕੇ ਅਸੀਂ ਗੱਲ ਕੀਤੀ ਵੀ ਦੇਖੋ ਇਹਨਾਂ ਨੇ ਆਪਣਾ ਹਿੱਸਾ ਵੇਚ ਲਿਆ ਆ, ਇਹ ਮੁੰਡੇ ਦਾ ਹਿੱਸਾ ਆ। ਔਰ ਅਸੀਂ 3-4 ਭੈਣਾਂ ਸੀ, ਇੱਕ ਇਹ ਸਾਡਾ ਭਰਾ ਸੀਗਾ, ਠੀਕ ਆ। ਅਤੇ ਅਸੀਂ ਮਤਲਬ ਕਿ ਇਹਦਾ ਹਿੱਸਾ, ਇਹ ਕਿੱਥੇ ਜਾਊਂਗਾ, ਕੁੜੀਆਂ ਦੇ ਕਿੰਨੇ ਕੁ ਦਿਨ ਧੱਕੇ ਖਾਊਂਗਾ, ਠੀਕ ਆ। ਅਤੇ ਇਸ ਕਰਕੇ ਇਹ ਉਹ ਪੰਗੇ ਲਾਉਂਦੇ ਪੈ ਲੈਂਦੇ ਸੀ, ਕਹਿੰਦਾ ਮੇਰਾ ਹੀ ਆ, ਥੈ ਮੇਰਾ ਹੀ ਆ। ਅਤੇ ਅਸੀਂ ਥਾਣੇ ਵੀ ਜਾ ਚੁੱਕੀਆਂ ਸੀਗੀਆਂ, ਉੱਥੇ ਵੀ ਅਸੀਂ ਸਾਡੀ ਇਹ ਗੱਲ ਹੋਈ ਵੀ ਇਹ ਮੁੰਡੇ ਦਾ ਹਿੱਸਾ ਆ, ਮੁੰਡੇ ਨੂੰ ਦੇਣਾ ਸੀ, ਠੀਕ ਆ। ਅਗਰ ਤੂੰ ਮੁੰਡੇ ਨੂੰ ਸਾਂਭ ਲਊਂਗਾ, ਮੁੰਡੇ ਨੂੰ ਰੋਟੀ ਪਾਣੀ ਦੇ ਦੂੰਗਾ, ਤਾਂ ਅਸੀਂ ਤੈਨੂੰ ਸਾਰਾ ਕੁਛ ਦੇ ਦੇਣਾ, ਅਸੀਂ ਕੁਛ ਨਹੀਂ ਲੈਣਾ ਹੈਗਾ, ਸਿਰਫ ਮੁੰਡੇ ਦੀ ਪ੍ਰੋਬਲਮ ਆ। ਪ੍ਰਸ਼ਾਸਨ ਤੋਂ ਪੁਲਿਸ ਤੋਂ ਮੰਗ ਕੀ ਕਰਦੇ ਆ? ਹਾਂਜੀ, ਤੇ ਅਸੀਂ ਇਹ ਕਹਿੰਦੇ ਸਾਨੂੰ ਇਹਨੂੰ ਸੌਂਪ ਦਿੱਤਾ ਜਾਵੇ। ਚੱਕ ਕੀ ਦਿੱਤੇ ਤੁਹਾਨੂੰ? ਸਾਨੂੰ ਸਾਡੇ ਕੱਪੜ ਭਰਾ ਆ ਕੁਲਵਿੰਦਰ ਸਿੰਘ ਔਰ ਅਮਨ ਔਰ ਉਸ ਦੀ ਵਾਈਫ ਦਾ ਬਹੁਤ ਸਾਥ ਆ।
ਉਹਨੇ ਸਾਡੇ ਨਾਲ ਜਿੱਦਾਂ ਦੀ ਸਾਡੇ ਪਹਿਲਾਂ ਸਾਡੇ ਡੈਡੀ ਨੂੰ ਵੀ ਕੁੱਟ ਕੇ ਗਿਆ ਸੀ ਇਹ, ਠੀਕ ਆ। ਇੱਕ ਦਿਨ ਪਹਿਲਾਂ ਡੈਡੀ ਵੀ ਕੁੱਟ ਕੇ ਗਿਆ ਸੀ, ਉਹਨਾਂ ਦੀ ਡੈਥ ਹੋ ਗਈ ਸੀ। ਇਹ ਪਿੰਡ ਆਦਮਵਾਲ ਆ ਜੀ, ਪੰਜਾਬ ਮੈਂਬਰ ਦਾ ਫੋਨ ਆਇਆ ਸੀ ਕਿ ਬਰਿੰਦਰ ਕੁਮਾਰ ਪੁੱਤਰ ਚਾਨਣ ਰਾਮ, ਉਮਰ ਕਰੀਬ 35 ਸਾਲ, ਅਤੇ ਇਹਦੀ ਰਾਤੀ ਇਹਦੇ ਭਤੀਜਿਆਂ ਨੇ ਵੀ ਸੱਟਾਂ ਮਾਰ ਕੇ ਡੈਥ ਕਰਤੀ ਆ। ਮੌਕੇ 'ਤੇ ਪਹੁੰਚੇ, ਇਹਦੀ ਡੈਡ ਬਾਡੀ ਮਕਾਨ ਉੱਪਰ ਪਈ ਹੈ। ਮੌਕਾ ਆਣ ਕੇ ਦੇਖਿਆ, ਜੋ ਵੀ ਇਹਦੇ ਵਾਰਸ ਬਿਆਨ ਲਿਖਾਉਣਗੇ ਉਸ ਮੁਤਾਬਕ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਕੀ ਲੱਗਦਾ ਸ਼ੁਰੂਆਤੀ ਜਾਂਚ ਦੇ ਵਿੱਚ? ਇਹ ਇਹਨਾਂ ਦੇ ਘਰ ਦਾ ਰੌਲਾ ਸੀ, ਹੁਣ ਬਾਕੀ ਹਾਂਜੀ ਆ ਜਿੱਥੇ ਕਤਲ ਹੋਇਆ ਇਸ ਦਾ ਰੌਲਾ ਸੀ। ਹਾਂਜੀ, ਜੋ ਕੀ ਕਰਦਾ ਸੀ ਜੀ? ਕੰਮ ਤਾਂ ਰੰਗ ਦਾ ਕਰਦਾ। ਹਾਂਜੀ, ਭਤੀਜੇ ਨੇ ਆਣ ਕੇ ਕਹਿੰਦੇ ਰਾਤੀ ਆਸੇ ਆਣ ਗੁਆਂਢ ਨੂੰ ਪਤਾ ਕੱਲਾ ਭਤੀਜਾ ਆਇਆ ਤੇ ਆਸੇ ਪਾਸੇ ਗੇਟਾਂ ਦੇ ਲੋਕ ਬੰਦ ਕਰਕੇ ਉਹਨਾਂ ਨੂੰ ਚੱਲ ਗਿਆ ਜੀ। ਸਵੇਰੇ ਉੱਠ ਕੇ ਦੇਖੋ ਜੀ।